ਦਰਬਾਰ ਨਸ਼ੀਨ ਬੈਠੇ 20 ਫਿਟ ਉੱਚਾ 20 ਫਿਟ ਉੱਚਾ ਯਜ਼ੀਦ ਕਾ ਤਖਤ ਹੈ ਅਲੀ ਕੀ ਬੇਟੀਆਂ ਨੀਚੇ ਖੜੀ ਖੜੀ ਹਾਏ ਹਾਏ ਅਲੀ ਕੀ ਬੇਟੀਆਂ ਨੀਚੇ ਖੜੀ ਹੈ ਹਾਥ ਮੇ ਸ਼ਰਾਬ ਔਰ ਸ਼ਰਾਬੀਓ ਕਾ ਦਰਬਾਰ ਸਦਾ ਰਹੇ ਹੈ ਪੁੱਛੋ 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 ਕਿ ਰੋਤੇ ਕਿਉਂ ਹੋ ਸ਼ਾਮ ਕਾ ਦਰਬਾਰ ਸਜਾ ਹੈ ਸ਼ਾਮ ਕਾ ਦਰਬਾਰ ਸਜਾ ਹੈ ਅਲੀ ਕੀ ਬੇਟੀਆਂ ਸਰ ਝੁਕਾਏ ਖਾਏ ਸਾਤ ਸੌ ਕੁਰਸੀ ਨਸ਼ੀਨ ਤੋ ਸ਼ਿਮਰ ਕਹਿਤਾ ਸ਼ਿਮਰ ਕਹਿਤਾ ਤਾ ਯਹੀ ਮਾਂ ਹੈ ਅਲੀ ਅਕਬਰ ਕੀ ਜਿਸਕਾ ਇੱਕ ਹਾਥ ਕਲੇਜੇ ਪੇ ਧਰਾ ਰਹੇ ਯੇ ਸ਼ਰਮੇ ਦਗੀ ਪਾਨੀ ਕੇ ਨਾ ਪਹੁੰਚਾ ਸ਼ਰਮੇ ਪਹੁੰਚਾ ਨੈਜ਼ ਬੇਬੀ ਸਰ ਪਾਸ ਛੁਲਾ ਲੋਕੀ ਪੁੱਛਦੇ ਨੇ ਲੋਕੀ ਪੁੱਛਦੇ ਨੇ ਕੈਸ਼ੀਆ ਕਿਵੇਂ ਰੋਂਦੇ ਨੇ ਅਸਾਨਾ ਰੋਂਦੇ ਗੱਲ ਮਲ ਵੈਂਦੀ ਇਹਾ ਗਾਲ ਜਿਗਰ ਨੂੰ ਖਾ ਪੁੱਛੋ ਕਿ ਹਮਸੇ ਰੋਤੇ ਕਿਉਂ ਹੈ ਮਿਸਰਾ ਸੁਣੋ ਕਿ ਜਬ ਕਾਫਿਲਾ ਰਵਾਨਾ ਹੁਆ ਕਰਬਲਾ ਸੇ ਕੂਫਾ ਕੂਫਾ ਸੇ ਸ਼ਾਮ ਤੋ ਕਹੀਂ ਕਹੀਂ ਕਾਫਿਲਾ ਰੁਕਤਾ ਥਾ ਹਰਮ ਊਠੋ ਸੇ ਉਤਰਤੇ ਥੇ ਕਿ ਸ਼ਾਮ ਹੋਤੀ ਹੈ ਤੋ ਊਠੋ ਸੇ ਉਤਰਤੇ ਪਰ ਸਰੇ ਸ਼ਾਹ ਤੁਨੇ ਚੜ੍ਹਾ ਰਹੇ ਪਰ ਸਰੇ ਸ਼ਾਹ ਤੁਨੇ ਚੜ੍ਹਾ ਰਹੇ ਆਖਰੀ ਦੋ ਮਿਸਰੇ ਸੁਣ ਲੀਜੇ ਅਜਬ ਦੋ ਮਿਸਰੇ ਕਾਇਮਤ ਕਾ ਗਰੀਆ ਹੋ ਗਿਆ ਬਸ ਆਖਰੀ ਦੋ ਮਿਸਰੇ ਹੈ ਕਿ ਰਾਤ ਹੋਤੀ ਥੀ ਤੋ ਰੋਨੇ ਕੀ ਸਦਾ ਸ਼ਾਮ ਮੇ ਰਾਤ ਹੋਤੀ ਥੀ ਤੋ ਰੋਨੇ ਕੀ ਸਦਾ ਕਿਸੀ ਬੱਚੀ ਕੇ ਤੜਪਨੇ ਜ਼ੌਜੇ ਹਾਏ ਯਜ਼ੀਦ ਕੀ ਬੀਵੀ ਹਿੰਦਾ ਹਿੰਦਾ ਨੇ ਪੁੱਛਾ ਯੇ ਰੋਨੇ ਕੀ ਆਵਾਜ਼ ਕੈਸੀ ਹੈ ਐਸੇ ਜੈਸੇ ਕੋਈ
ماں اپنے بچے کو روتی ہے. ایک روز آخری دو شعر سن لو, ایک سوال ہے ایک جواب ہے. ایک روز اس نے 4 یا 6 سال کی اپنی بچی کو بہترین لباس پہنایا اور زندہ دے شام میں آئی, اور جس وقت اس بچی کی نظر شیری چھوٹی شہزادی سکینہ پہ پڑی, رو کے کہتی ہے تو آنے کے ہند کی بیٹی نے سکینہ دیکھا, آنے کے ہند کی بیٹی نے سکینہ تیرا کس لیے ہے بخت کھلا رہتا ہے, سر تیرا کس لیے ہر بخت کھلا رہتا ہے. اب جواب سننا, ہند کی بچی ہند کی بیٹی کا سوال سنا میری چھوٹی شہزادی نے, میری چھوٹی شہزادی نے اپنے سر کو اٹھایا. آخری شعر جو میری مستورات میں میری بیٹیاں بیٹھی ہیں, اللہ تمہارے نصیبوں کو اچھا کرے پاک پروردگار, اللہ تمہیں کوئی غم نہ دے سوائے غم حسین کے. لیکن جن بچیوں کے باپ نہیں رہے وہ یہ مصرہ سنیں. تو شہزادی سکینہ سے پوچھا کہ آن کر ہند کی بیٹی نے سکینہ سے کہا کہ سر تیرا کس لیے ہر وقت کھلا رہتا ہے, تو وہ لگی کہنے یتیموں کی نشانی ہے یہی, تو وہ لگی کہنے یتیموں کی نشانی کرتا بے وارسی بچوں کا پھٹا رہے.